ਮੇਰੇ ਕੋਲ ਨਾ ਹੋਣਾ ਨਹੀਂ ਆਉਣਾ ਕਿਹਨੇ ਕੁਛ ਨੀ ਦੇਣਾ ਇੱਥੇ ਜਿਹੜਾ ਮਿਲ ਜਾਣਾ ਮੈਂ ਉੱਥੇ ਹੀ ਜਾਂਦਾ ਰਹਾਂ ਉਹ ਵੀ ਛੱਡਾਂ ਦੋ ਕਰੋੜ ਪੰਜਾਂ ਸਾਲਾਂ ਚ ਜਿੰਨਾ ਮਰਜ਼ੀ ਸਰਪੰਚ ਦਿਨੋਂ ਮਨੋਂ ਗਲਾਰੇ ਨਹੀਂ ਲਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਪਿੰਡ ਚੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ। ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚ ਐਤਕਾ ਉਹਨੂੰ ਚੁਣਨਾ ਆ ਜਿਹੜਾ ਕੁਛ ਪਿੰਡ ਵਾਸਤੇ ਕਰੇਗਾ, ਕਿਉਂਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਅਤੇ ਕਮਾਈ ਵੀ ਮੋਟੀ ਆ ਪਿੰਡ ਦੀ, 350 ਕਿੱਲੇ ਦੇ ਲਗਭਗ ਪੈਲੀ ਵੀ ਆ ਅਤੇ ਬਾਕੀ ਚਲੋ ਪਿੰਡ ਵੀ ਵੱਡਾ ਗੁਰਦਾਸਪੁਰ ਜ਼ਿਲ੍ਹੇ ਦਾ ਟੌਪ ਦਾ ਪਿੰਡ ਆ ਅਤੇ ਉਹਨੂੰ ਲੈ ਕੇ ਵਿਚਾਰਾਂ ਚੱਲਦੀਆਂ ਰਹੀਆਂ। ਬਾਕੀ ਥੋੜ੍ਹਾ ਥੋੜ੍ਹਾ ਕਰਦਿਆਂ ਕਰਦਿਆਂ ਕੱਲ੍ਹ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ, ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਛ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ। ਇਹ ਪਿੰਡ ਦੀ ਸਿੰਘ ਸਭਾ, ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੁੱਕਿਆ ਸੀ, ਉਹ ਕੱਲ੍ਹ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ, ਵੱਧਦੀ ਘੱਟਦੀ 5 ਲੱਖ 50 ਲੱਖ 51, 60, 65 ਕਰੋੜ 'ਤੇ ਜਾ ਕੇ ਇਹ ਫਿਰ 2 ਕਰੋੜ 'ਤੇ ਖਤਮ ਹੋਈ ਆ। ਪਰ ਫਿਰ ਵੀ ਫਾਈਨਲ ਨਹੀਂ ਹੋਇਆ, ਕੱਲ੍ਹ 10 ਵਜੇ ਤੱਕ ਟਾਈਮ ਆ ਵੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਕਿ ਇਹ ਜਿਹੜਾ ਆਪਣਾ ਆਪਦੇ ਝੰਡੇ BJP ਦੇ ਵੱਲੋਂ ਲੜ ਰਹੇ ਹਾਂ, ਕਿਉਂਕਿ ਭਾਵੇਂ ਅਸੀਂ ਥੋੜ੍ਹੇ ਹਾਂ ਭਾਵੇਂ ਬਹੁਤੇ ਹਾਂ, BJP ਦਾ ਨਾਂ ਆ, BJP ਕੰਮ ਕਰਦੀ ਆ ਗੱਲਾਂ, ਅਤੇ ਹਜੇ ਕਿਸਾਨਾਂ ਦੇ ਮੇਲ ਗੇਲ ਨਹੀਂ ਹੁੰਦੇ, ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ 'ਚ ਵੀ ਹੁੰਦੀਆਂ, ਪਰ ਉਹਦੇ 'ਚ ਇਹ ਆ ਵੀ ਥੋੜ੍ਹਾ ਉਲਝਣਾ ਪਈਆਂ ਨੇ ਜੀ। ਅਸੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਛ ਵੀ ਪਿੰਡ ਲਈ ਕਰਨਾ ਤਾਂ ਫਿਰ ਉਸ ਤੋਂ ਤਾਂ ਵੀ ਜਾ ਸਕਦੇ ਹਾਂ, ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਿਟ ਨਹੀਂ ਸਾਡੀ, ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ। ਇਹ ਪਿੰਡ ਦੀ ਕਮੇਟੀ ਬਣੂਗੀ, 6 ਮੈਂਬਰੀ ਕਮੇਟੀ ਬਣੂਗੀ, ਜਿੱਥੇ ਉਹ ਚਾਹੇਗੀ ਕੱਲ੍ਹ ਨੂੰ ਚੈੱਕ 10 ਵਜੇ ਦੇਵਾਂਗੇ ਜੇ ਫਾਈਨਲ ਕਰਦੇ ਆ ਤੇ ਜੀ। ਹਜੇ ਫਾਈਨਲ ਕੱਲ੍ਹ ਦਾ ਟਾਈਮ ਹੈ ਜੀ, 9 ਵਜੇ ਤੱਕ ਆਵਾਜ਼ ਡਿੱਕਣੀ ਆ, ਉਸ ਤੋਂ ਬਾਅਦ ਹੀ ਹੋਏਗਾ ਜੋ। ਅਸੀਂ ਬਾਹਰੋਂ ਲੈਣੇ ਹੀ ਨਹੀਂ, ਹੁਣ ਮੰਤਰੀਆਂ ਨੂੰ ਵੀ ਤਾਂ ਦੇਣੇ ਹੀ ਆ ਲੋਕਾਂ, ਕਿਸੇ ਨੇ 10 ਲੱਖ ਦੇ ਕੇ ਕਾਗਜ਼ ਕਰਾਉਣੇ ਆ ਓਕੇ, ਕਿਸੇ ਨੇ 5 ਲੱਖ ਦੇਣਾ, ਅਤੇ ਦੋਵਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ। ਇਸ ਕਰਕੇ ਅਸੀਂ ਛੇਤੀ ਤੋਂ ਵਧੀਆ ਗੱਲ ਤਾਂ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਹੀ ਜੋ ਹੋਏਗਾ, ਜੇ ਚਾਹੁਣਗੇ ਪਿੰਡ ਵਾਲੇ ਸਾਰੇ ਅਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤਾਂ ਆਪਾਂ ਦੇਵਾਂਗੇ, ਹੋਰ ਦੇ ਸਕਦੇ, ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ, ਖੁੱਲ੍ਹੇ ਟਾਈਮ ਖੁੱਲ੍ਹਾ ਚੈਲੰਜ ਆ ਕੱਲ੍ਹ ਨੂੰ ਜਿੰਨੇ ਲਈ ਮੁੱਕੇਗੀ। ਉਹਦੇ 'ਚ ਇਹ ਆ ਵੀ ਸਾਡੇ BJP ਦੇ ਮੈਂਬਰ ਹੋਣਗੇ, BJP ਦਾ ਹੀ ਸਰਪੰਚ, ਸਾਰਾ ਕੁਝ ਆਪਾਂ ਇੱਕਜੁੱਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ ਆ। ਚਲੋ ਸਲਾਹ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਹੈ ਟੱਬਰ ਦੀ, ਉਹ ਸਾਰਿਆਂ ਇਕੱਠਿਆਂ ਪੀਤੀ ਸੀ, ਉਦੋਂ ਆਵਾਜ਼ ਆਉਣ ਡਾ ਪਈ ਮਾੜੀ ਮਾੜੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ, ਉਹਦੇ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਪਿਓ ਦੀ ਲਾਸ਼ੇ ਦੀ ਪੁੱਤ ਨੂੰ ਸ਼ੇਰ ਬਣਾ ਦਿੰਦੀ। ਪੱਕੀ ਗੱਲ ਜੀ, ਆ ਸਮੇਂ ਨਾ ਥੋੜ੍ਹਾ ਜਿਹਾ ਤਾਂ ਮੈਂ ਆਪ ਹੀ ਬਣਿਆ ਸੀ, ਮੁੜ ਕੇ ਮੈਂ ਕਾਹ ਛੱਡਦਾ, ਮੈਂ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਹੁਣ ਤੁਸੀਂ। ਪਹਿਲੀ 50 ਰੱਖਦੀ ਸੀ ਉਹਦੇ, ਉੱਥੇ ਛੱਪੜ, ਸਿੱਧੀ ਜੀ ਗੱਲ ਆ, ਛੱਪੜ ਆ ਕਿੱਲਾ 6 ਗ੍ਰਾਮ
ਕੋਈ ਚੰਗਾ ਚੰਗਾ ਫਰੰਟ ਵੇਚ ਲਿਆ, ਬਾਕੀ ਰਹਿੰਦਾ। ਉਹਦੀ ਬਜਾਏ ਪੰਚਾਇਤ ਦੀ ਪੈਲੀ 8 ਕਿੱਲੇ ਵਿਰੋਧੀ ਧੜੇ ਨੂੰ ਵਾਈ ਆ ਉਹਨੇ ਗਹਿਣੇ। ਇਹ ਆਖੀ ਜਦੋਂ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਂਦਾ ਵਾ, ਪਾਣੀ ਪਾਉਂਦਾ, ਪਾਣੀ ਪੂਣੀ ਨਹੀਂ ਪਾਉਂਦਾ, ਪਾਣੀ 8 ਕਿੱਲਿਆਂ ਤੁਹਾਡਾ ਪੰਚਾਇਤ 'ਚ ਪੈਣ ਦਿਆ, ਇਹ ਤਾਂ ਕਿੱਲੇ ਦਾ ਕੋਈ ਨਹੀਂ, ਅਗਾਂਹ ਪਿੰਡ ਤੋਂ ਵੰਡਿਆ ਸਾਰਾ। ਉਹਦੀ ਗੱਲ ਕਰਕੇ ਤੇ ਉਹ ਕਹਿਰ ਦਾ ਮੇਰਾ ਉਹ 50 ਲੱਖ ਦਾ ਕਿੱਲਾ ਆ, ਉਹ ਕਿੱਲੇ ਕਿੱਲੇ ਦੇ ਛੱਡਿਆ, ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ, ਚੈੱਕ ਬੁੱਕ ਤੇ ਬੋਲੀ ਆ, ਇਹਦਾ 50 ਲੱਖ ਆ ਤੇ ਸਾਡਾ 51 ਲੱਖ ਆ। ਉਹ 51 ਲੱਖ ਦੀ ਆਵਾਜ਼ ਮੇਰੀ ਗਈ ਗੁਰੂ ਨਗਰ ਸਾਹਿਬ, ਫਿਰ ਥੋੜ੍ਹੀ ਦੇਰ ਬਾਅਦ ਪੈ ਲੈ ਕੇ ਪੰਜਾਂ ਸਾਹਮਣਿਆਂ ਨੇ 60 ਲੱਖ ਦੀ ਕੀਤੀ। ਮੈਂ ਕਿਹਾ ਹੁਣ ਅਜੇ ਤਾਂ ਮੇਰੇ ਹੀ ਆ, 65 ਦੀ ਮੈਂ ਕਰਤੀ। ਉਹ ਦੋਗਾਂ ਖਲੋ ਖਲਾ ਗਏ, ਫਿਰ ਟਾਈਮ ਰੱਖਿਆ 1 ਵਜੇ ਦਾ 1:30 ਵਜੇ ਦਾ, ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜ੍ਹੇ, ਉਹ ਤਾਂ ਗਏ ਪੇਪਰ ਦੇਣ, ਪਤਾ ਕਿੱਧਰ ਗਏ, ਸਾਰੇ ਲੀਡਰਾਂ ਕੋਲ ਭੱਜੇ ਫਿਰਦੇ ਨੇ। ਅਤੇ ਕੱਲ੍ਹ ਦਾ ਟਾਈਮ ਰੱਖਿਆ 8-9 ਵਜੇ, ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ, ਇੱਥੋਂ ਤੁਰਦੇ ਨੇ ਗਾਂਹ ਕਿ ਫਿਰ 0 ਤੋਂ ਤੁਰਦੇ ਨੇ। ਠੀਕ ਹੈ, ਹਾਂ ਇਹ ਵੀ ਕੋਈ ਪਤਾ ਨਹੀਂ, ਕਈਆਂ ਰਾਤ ਨੌ ਵੀ ਪੈਂਦੀਆਂ ਹੁੰਦੀਆਂ ਵੀ ਸਵੇਰੇ ਦੇਣੇ ਨੇ, ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ। ਜਿਵੇਂ ਜਿਵੇਂ ਝੋਨਾ ਵਟਾਂਗੇ ਦੇਈ ਜਾਵਾਂਗੇ, ਅਸੀਂ ਸਰਕਾਰ ਦੇ ਖਾਤੇ ਪਾਈ ਜਾਣੇ ਦਾਣੇ, ਉੱਥੋਂ ਪੰਚਾਇਤ ਚ ਆਈ ਜਾਣੇ, ਉਹ ਚੈੱਕ ਜਾਣਗੇ, ਚੈੱਕ ਪੇਮੈਂਟ ਚੈੱਕ ਹੀ ਜਾਊ।